ਫਾਜ਼ਿਲਕਾ ਦੇ ਮਹਿਰੀਆਂ ਬਾਜ਼ਾਰ ਦੇ ਵਿੱਚ ਮੋਬਾਈਲ ਨੂੰ ਲੈ ਕੇ ਹੋਏ ਝਗੜੇ ਦੇ ਵਿੱਚ ਇੱਕ ਵਿਅਕਤੀ ਹੋਇਆ ਕਾਇਲ। ਹਸਪਤਾਲ ਦੇ ਵਿੱਚ ਕਰਵਾਇਆ ਭਰਤੀ, ਕੀਤੀ ਜਾ ਰਹੀ ਹੈ ਕਾਰਵਾਈ ਦੀ ਮੰਗ। ਫਾਜ਼ਿਲਕਾ ਦੇ ਮਹਿਰੀਆਂ ਬਾਜ਼ਾਰ ਦੇ ਵਿੱਚ ਇੱਕ ਵਿਅਕਤੀ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ। ਝਗੜਾ ਮੋਬਾਈਲ ਨੂੰ ਲੈ ਕੇ ਹੋਇਆ, ਜਿਸ ਦੌਰਾਨ ਨੌਜਵਾਨ ਦੀ ਅੱਖ ਤੇ ਕੱਚ ਦੀ ਬੋਤਲ ਮਾਰ ਦਿੱਤੀ ਗਈ ਅਤੇ ਨੌਜਵਾਨ ਕਾਇਲ ਹੋ ਗਿਆ, ਜਿਸ ਨੂੰ ਉਪਚਾਰ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਹਸਪਤਾਲ ਦੇ ਵਿੱਚ ਭਰਤੀ ਨੌਜਵਾਨ ਨੇ ਦੱਸਿਆ ਕਿ ਉਹ ਆਪਣੇ 3 ਸਾਥੀਆਂ ਦੇ ਨਾਲ ਮਹਿਰੀਆਂ ਬਾਜ਼ਾਰ ਦੇ ਵਿੱਚ ਮੌਜੂਦ ਸੀ ਤਾਂ ਕੁਝ ਲੋਕਾਂ ਵੱਲੋਂ ਉਸ ਦੇ ਉੱਪਰ ਮੋਬਾਈਲ ਚੋਰੀ ਦਾ ਇਲਜ਼ਾਮ ਲਗਾਉਣਾ ਸ਼ੁਰੂ ਕਰ ਦਿੱਤਾ ਗਿਆ, ਜਿਸ ਦੇ ਚਲਦਿਆਂ ਝਗੜਾ ਹੋ ਗਿਆ ਅਤੇ ਝਗੜੇ ਦੇ ਦੌਰਾਨ ਆਰੋਪੀਆਂ ਵੱਲੋਂ ਉਸ ਦੀ ਅੱਖ ਤੇ ਕੱਚ ਵਾਲੀ ਬੋਤਲ ਮਾਰ ਦਿੱਤੀ ਗਈ, ਜਿਸ ਦੇ ਚਲਦਿਆਂ ਉਹ ਕਾਇਲ ਹੋ ਗਿਆ। ਹਾਂਜੀ, ਕੀ ਨਾਂ ਤੁਹਾਡਾ ਜੀ? ਰੋਹਿਤ। ਕੀ ਮਾਰਿਆ ਕਿ ਸੱਚ ਤੁਹਾਡੇ? ਮੇਰੇ ਬੋਤਲ ਮਾਰੀ ਬਾਈ ਅੱਖ 'ਚ, ਅੱਖ ਬਚ ਗਈ ਮੇਰੀ ਥੋੜੀ ਜੀ, ਬਸ ਅੱਖ 'ਚ ਕਚਰਾ ਜ਼ਰੂਰ ਪਿਆ ਲੈ। ਕਿਸ ਗੱਲ ਨੂੰ ਲੈ ਕੇ ਹੋਈ ਫਾਈਟ ਤੁਹਾਡੀ? ਲੜਾਈ ਬਸ ਬਾਈ, ਇਸ ਕਰ ਆਈ ਸੀ ਉਹ ਬਈ ਬੰਦੇ ਨਾਲ ਲਿੱਤਾ ਹੀ ਜੁੱਟਾ ਬਈ, ਉਹ ਬੰਦੇ ਹੀ ਕੀ ਨਾਮ ਮੋਬਾਈਲ ਚੋਰੀ ਕਰਕੇ ਲੈ ਗਿਆ ਮੇਰਾ, ਤੇ ਮੈਂ ਨਾਲ ਉੱਥੇ ਖੜਾ ਸੀ ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਮੇਰੇ ਨਾਲ ਚੱਲ ਅੰਦਰ। ਇੰਨੀ ਦੇਰ 'ਚ ਉਹਨਾਂ ਨੇ ਦਾਰੂ ਪੀਤੀ ਹੋਈ ਸੀ, ਉਹਨਾਂ ਨੇ ਲੜਾਈ ਕਰ ਲਈ ਮੇਰੇ ਨਾਲ, ਤੇ ਬਈ ਉਹਨਾਂ ਨੇ ਮੇਰੇ ਗਲਮਾਂ ਗੁਲਮਾਂ ਫੜਿਆ, ਮੇਰੀ ਬੋਤਲ ਬੋਤਲ ਮਾਰੀ ਅੱਗ ਤੇ, ਆ ਬੰਦਾ ਫਿਰ ਵੀ ਬਚ ਗਿਆ। ਮੈਂ ਕਿਹਾ ਤੂੰ ਨਿਕਲ ਬਾਹਰ, ਤੇ ਮੈਂ ਆਪੇ ਆ ਜਾਵਾਂ ਬਾਹਰ। ਤੁਸੀਂ ਕਿੰਨੇ ਜਣੇ ਹੈਗੇ? ਅਸੀਂ ਦੋ ਜਣੇ ਹੈਗੇ ਸੀ, ਪਹਿਲੀ ਗੱਲ ਤਾਂ ਦੋ ਤੇ ਇੱਕ 3 ਜਣੇ ਹੈਗੇ ਸੀ ਬਸ ਬਾਈ, ਤੁਹਾਡੇ ਦੋਵਾਂ ਨੂੰ ਬਾਹਰ ਭੇਜਤਾ ਸੀ, ਮੈਂ ਇਕੱਲਾ ਹੀ ਰਹਿ ਗਿਆ ਸੀ ਅੰਦਰ ਬਸ। ਮੇਰੇ ਇਕੱਲੇ ਦੀ ਚੋਟ ਆਈ ਹੈ ਬਾਈ। ਕਿੱਥੇ ਕਿੱਥੇ ਆਈ? ਅੱਖ ਤੇ ਆਈ ਸੀ, ਤੇ ਇੱਕ ਮਰ ਤੇ ਮਾਰੇ ਉਹਨੇ ਮਾਰੇ ਬੋਤਲ ਪਾਈ ਮੇਰੀ ਅੱਖ ਤੇ। ਅੱਖ ਤੇ ਤਾਂ ਵੱਜੀ ਨਹੀਂ, ਮਾਰੇ ਤਾਂ ਉਹਨੇ ਦੂਰੋਂ ਹੀ ਸੀ, ਤੇ ਕੰਚ ਸਿੱਧਾ ਆ ਗਿਆ, ਕਦੇ ਨੇੜੇ ਵੱਜਿਆ ਪਲਕਾਂ ਤੇ ਬਿਲਕੁਲ। ਕੀ ਮੰਗ ਕੀ ਕਰਦੇ? ਇਨਸਾਫ ਕਰਨਾ ਚਾਹੁੰਦੇ ਸੀ ਜਿਹੜਾ।